ਪ੍ਰਭਾਉ ਸਵਾਗਤ ਹੈ ਤੁਹਾਡਾ ਜੀਐਸਓਹੀ ਬਲੌਗਸ ਤੇ ਤੇ ਮੌਸਮ ਥੋੜਾ ਜਿਹਾ ਹੁਣ ਖਰਾਬ ਹੋ ਗਿਆ ਠੀਕ ਹੈ ਮੀਂਹ ਵੀ ਪੈ ਕੇ हट ਗਿਆ ਤੇ ਹੁਣ ਯਾਰ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਪ੍ਰਭਾਉ ਹੁਣ ਹੋਪਰ ਦਾ ਅਟੈਕ ਆ ਸਕਦਾ ਕਿਉਂਕਿ ਬਹੁਤ ਜਿਆਦਾ ਆ ਸਕਦਾ ਕਿਉਂਕਿ ਜਿਹੜਾ ਟੈਂਪਰੇਚਰ ਆ ਉਹਦੇ ਅਨੁਕੂਲ ਹੋ ਗਿਆ ਜੇ ਟੈਂਪਰੇਚਰ ਹੁਣ ਡਾਊਨ ਹੋ ਗਿਆ ਮੀਂਹ ਕਾਰਨ ਤੇ ਥੋੜੇ ਬੱਦਲਬਾਈ ਹੋ ਗਈ ਤਾਂ ਹੁਣ ਆਪਣੇ ਖੇਤ ਦਾ ਪੂਰਾ ਧਿਆਨ ਰੱਖੋ ਠੀਕ ਹੈ ਤੇ ਅੱਗੇ ਸਾਨੂੰ ਜਿਹੜੀ ਕਿ ਆਪਣੇ ਸ਼ੂੰਡੀ ਵਾਲੀ ਜਾਂ ਗੋਭ ਦੀ ਸ਼ੂੰਡੀ ਵਾਲੀ ਜਿਹੜੀ ਫਸਲ ਤੇ ਅਪਾ ਸਪਰੇ ਨਹੀਂ ਕੀਤੀ ਉਹ ਦਿਖਾਉਣੇ ਅੱਗੇ ਜਾ ਕੇ ਸੋ ਵੀ ਦੇਖਿਓ ਤੇ ਯਾਰ ਇੱਕ ਹਾਪਰ ਵਾਲੀ ਸਪਰੇ ਹੁਣ ਕਰਨੀ ਨਾ ਭੁੱਲਿਓ ਠੀਕ ਹੈ ਜਿਨ੍ਹਾਂ ਨੇ ਕਿ ਪਹਿਲਾਂ ਸਿੰਥੈਟਿਕ ਜਰਾ ਪਾਈਆਂ ਨੇ ਉਹ ਹਾਪਰ ਵਾਲੀ ਸਪਰੇ ਜ਼ਰੂਰ ਕਰ ਲਿਓ ਤੇ ਆਪਣੇ ਖੇਤ ਦਾ ਜ਼ਰੂਰ ਹੁਣ ਜਾ ਕੇ ਆਪਣਾ ਮੁਆਇਨਾ ਜ਼ਰੂਰ ਕਰਿਆ ਕਰੇ ਡੇਲੀ ਦਾ ਡੇਲੀ ਜਾ ਕੇ ਖੇਤ ਦੇਖਿਆ ਕਰੋ ਵੀ ਸਾਡੇ ਖੇਤ ਦੇ ਵਿੱਚ ਤੇਲੇ ਦਾ ਅਟੈਕ ਤਾਂ ਨਹੀਂ ਆ ਗਿਆ ਚਿੱਟੇ ਕਾਲੇ ਤੇਲੇ ਦਾ ਤੇ ਕਿ ਯਾਰ ਦੁਕਾਨਦਾਰ ਗੁੰਮਰਾਹ ਹੋ ਕਰਦੇ ਆ ਵੀ ਇਹ ਤਾਂ ਹੀ ਚਿੱਟੇ ਤੇਲੇ ਨੂੰ ਮਾਰਦੀ ਆ ਦਵਾਈ ਆਹ ਦਵਾਈ ਕਾਲੇ ਤੇਲੇ ਨੂੰ ਮਾਰਦੀ ਆ। ਸੋ ਕਿਸਾਨ ਭਰਾਵੋ ਇਹਨਾਂ ਵਿੱਚ ਕਨਫਿਊਜ਼ ਨਾ ਹੋਇਆ ਕਰੋ। ਜਿਹੜੀ ਤੇਲੇ ਦੀ ਦਵਾਈ ਆ ਉਹ ਦੋਨਾਂ ਲਈ ਕੰਮ ਕਰਦੀ ਆ। ਚਿੱਟੇ ਤੇ ਕਾਲੇ ਤੇਲੇ ਦੋਨਾਂ ਨੂੰ ਮਾਰਦੀ ਆ ਜਿਵੇਂ ਕਿ ਚੈਸ ਹੋ ਗਈ, ਉਹ ਸੀਨ ਹੋ ਗਈ। ਇਹਦੇ ਨਾਲ ਸਾਲਟ ਲਿਆ ਕਰੋ। ਜਿਵੇਂ ਕਿ ਪਾਇਓਮੈਟ੍ਰੀ ਜਿਹਨ ਹੁੰਦੀ ਆ ਠੀਕ ਆ ਚੈਸ ਦੇ ਵਿੱਚ। ਕਿਸੇ ਵੀ ਕੰਪਨੀ ਦਾ ਲੈ ਸਕਦੇ ਹੁਣ ਤਾਂ ਸਿਰੀਨਾਮ ਦੇ ਵਿੱਚ ਵੀ ਆ ਗਿਆ। ਤੇ ਦੂਜਾ ਹੈਗਾ ਉਸੀਨ ਦਾ ਡਾਈਨੋਟੀਫੋਰਨ ਇਹ ਲਿਆ ਕਰੋ। ਠੀਕ ਹੈ। ਇਹਨਾਂ ਦੀ ਸਪ੍ਰੇ ਹਾਂ ਕਰਕੇ ਤੁਸੀਂ ਲੰਮਾ ਸਰ ਲੈ ਸਕਦੇ ਆ ਤੇ ਥੋੜੀ ਜਿਆਦਾ ਪੈਕਸਾ ਲਾਉਣਾ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਜਿਹੜੀ ਪੈਕਸਾ ਲਾਉਣ ਦੀ ਆਉਂਦੀ ਹੈ ਠੀਕ ਹੈ ਟਰਾਈਫਲੂਮੀ ਜੋ ਪਰਮ ਉਹਦੇ ਵਿੱਚ ਸ਼ਾਲਟ ਹੁੰਦਾ ਉਹ ਥੋੜੀ ਜਿਹਾ ਬਹੁਤ ਮਹਿੰਗੀ ਆ ਉਹ 1200 ਰੁਪਏ ਤੋਂ ਲੈ ਕੇ 1600 ਰੁਪਏ ਤੱਕ ਉਹ ਇੱਕ ਕਿੱਲੇ ਦੀ ਦਵਾਈ ਆਉਂਦੀ ਆ ਆਉਂਦੀ ਨਹੀਂ ਮਹਿੰਗੀ ਕਿਉਂ ਆ ਕਿਉਂਕਿ ਜ ਦੋ ਨੇ ਟੈਕਨੀਕਲ ਇੱਕ ਸਿਸਟਮ ਉਹ ਦੋ ਹੀ ਕੰਮ ਕਰਦੇ ਨੇ ਸਿਸਟਮੈਟਿਕ ਤੇ ਕੰਟੈਕਟ ਬੇਸਡ ਤੇ ਕੰਟੈਕਟ ਬੇਸਡ ਉਹ ਹੁੰਦਾ ਵੀ ਜਿਹੜਾ ਤੇਲਾ ਹੈਗਾ ਉਹਨੂੰ ਨਾਲ ਦੀ ਨਾਲ ਮਾਰ ਦਿੰਦੀ ਆ। ਮਤਲਬ ਕਿ ਤੁਰੰਤੋਂ ਅਸਰ ਹੁੰਦਾ ਨਾਲ ਦੀ ਨਾਲ। ਤੇ ਸਿਸਟੇਮੈਟਿਕ ਟੈਕਨੀਕਲ ਹੁੰਦਾ ਉਹਦੇ ਵਿੱਚ। ਉਹ ਕਿ ਜਿਹੜਾ ਕਿ ਲੰਮਾ ਅਸਰ ਕਰਦਾ ਪੱਤਿਆਂ ਦੇ ਵਿੱਚ ਰਚ ਕੇ ਅਸਰ ਕਰਦਾ। ਠੀਕ ਹੈ। ਇਸ ਲਈ ਉਹ ਥੋੜੀ ਜਿਆਦਾ ਕਾਸਟਲੀ ਆ। ਸੇ ਉਹ ਉਹਨੂੰ ਤੇ ਹੁੰਦੀ ਵੀ ਉਹ ਝੋਨੇ ਦੇ ਉੱਪਰ ਇੱਕ ਵਾਰ ਹੀ ਆ ਸਪਰੇ। ਉਹ ਬਾਰ-ਬਾਰ ਨਹੀਂ ਆ ਪੌਦ ਕਰ ਸਕਦੇ ਉਹ ਸਪਰੇ ਨੂੰ। ਜਿਹੜੀ ਕੰਪਨੀ ਕਹਿੰਦੀ ਆ ਨਾ ਵੀ ਇਹ ਝੋਨੇ ਤੇ ਸਿਰਫ ਇੱਕ ਵਾਰ ਸਪਰੇ ਹੁੰਦੀ ਆ ਤੁਸੀਂ ਆਪ ਅੰਦਾਜ਼ਾ ਲਾ ਲਿਓ ਉਹਦਾ ਕਿੰਨਾ ਕੁ ਲੰਮਾ ਅਸਰ ਹੋਊਗਾ। ਜਾਂ ਇਹ ਕੰਪਨੀ ਕਹਿੰਦੀ ਆ ਠੀਕ ਹੈ। 21 ਦਿਨ ਤੇ ਨਾਲ 7-8 ਦਿਨ ਪਲੱਸ ਦੂਜੀਆਂ ਦਵਾਈਆਂ ਨਾਲ ਮਤਲਬ ਕਿ 28 ਦਿਨ 25 ਤੋਂ ਲੈ ਕੇ 28 29 ਦਿਨਾਂ ਤੱਕ ਉਹਦਾ ਅਸਰ ਆ ਪੈਕਸਾ ਲਾਉਣ ਦਾ ਟਰਾਈਫਲੂਮੀ ਜੋ ਪਰਮੋ ਦੇ ਵਿੱਚ ਸਾਲਟ ਹੁੰਦਾ ਠੀਕ ਹੈ ਉਹ ਕਰ ਸਕਦੇ ਹੋ ਠੀਕ ਹੈ ਜਿਨ੍ਹਾਂ ਦੇ ਕੀ ਬਹੁਤ ਜ਼ਿਆਦਾ ਤੇਲਾ ਆ ਚੁੱਕਿਆ ਠੀਕ ਹੈ ਉਹ ਤੁਰੰਤ ਮਾਰਨਾ ਚਾਹੁੰਦੇ ਨੇ ਤੇ ਉਹਦਾ ਅਸਰ ਲੰਮਾ ਕਰਨਾ ਚਾਹੁੰਦੇ ਆ ਪਿੱਛੇ ਦੇਖ ਸਕਦੇ ਹੋ ਠੀਕ ਹੈ ਝੋਨਾ ਠੀਕ ਹੈ ਜਿਹਦੇ ਤੇ ਕੀ ਕੋਈ ਸ਼ੁੰਡੀ ਵਾਲੀ ਤੇ ਗੋਭ ਦੀ ਸ਼ੁੰਡੀ ਦੀ ਹਜੇ ਤੱਕ ਸਬਦੇ ਨਹੀਂ ਕਰੀ ਸਿਰਫ ਇਹਦੇ ਉੱਤੇ ਫੰਗੀ ਸੜ ਕੀਤੀ ਹੈ ਤੇ ਤੇਲੇ ਦੀ ਸਪਰੇ ਵੀ ਹੁਣ ਮੈਂ ਸੋਚ ਰਿਹਾ ਕਰਨ ਦੀ ਕਿਉਂਕਿ ਮੈਨੂੰ ਇੱਕ ਦੋ ਦਾਣੇ ਹੁਣ ਦਿਖੇ ਨੇ ਤੇ ਕੱਲ ਤੱਕ ਦੇਖਦੇ ਆਂ ਵੀ ਇੱਕ ਬੂਟੇ ਉੱਪਰ ਪੰਜ ਦਾਣਿਆਂ ਤੋਂ ਯਾਰ ਪੰਜ ਤੋਂ ਉੱਪਰ ਵੱਧਦੇ ਨੇ ਕਿ ਨਹੀਂ ਜੇ ਪੰਜ ਤੋਂ ਉੱਪਰ ਵੱਧਦੇ ਨੇ ਤਾਂ ਸਪਰੇ ਕਰਨੀ ਬਹੁਤ ਲਾਜ਼ਮੀ ਹੋ ਜਾਂਦੀ ਆ ਤਾਂ ਕੱਲ ਨੂੰ ਜਾਂ ਪਰਸੋਂ ਨੂੰ ਆ ਕੇ ਦੇਖਦੇ ਆਂ ਕੱਲ ਨੂੰ ਵੀ ਮੈਂ ਤਾਂ ਡੇਲੀ ਆ ਕੇ ਯਾਰ ਘਰੋਂ ਕਿੰਨਾ ਕਾ ਖੇਤ ਜੇ ਆਪਾਂ ਯਾਰ ਹੁਣ ਆਪਣੇ ਖੇਤ ਦਾ ਠੀਕ ਹੈ ਆਪਣੀ ਫਸਲ ਦਾ ਧਿਆਨ ਹੀ ਰੱਖਾਂਗੇ ਫਿਰ ਹੋਰ ਕਦੋਂ ਰੱਖਾਂਗੇ ਹੁਣ ਤਾਂ ਡੇਲੀ ਆਪਣੇ ਖੇਤ ਦੇ ਵਿੱਚ ਗੇੜਾ ਮਾਰਦੇ ਰਿਹਾ ਕਰੋ ਠੀਕ ਹੈ ਕਲੀਅਰ ਸਮਝਾ ਗਈ ਤੁਸੀਂ ਸਾਰਿਆਂ ਨੂੰ ਤਾਂ ਤੁਸੀਂ ਕੋਈ ਵੀ ਦਵਾਈ ਕਰਕੇ ਤੇਲੇ ਵਾਲੀ ਕਰ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਮਹਿੰਗੇ ਸਾਲਟ ਹੀ ਲਮੋ ਜਾਂ ਮਹਿੰਗੀਆਂ ਦਵਾਈਆਂ ਕਰੋ ਕਈ ਇਲਾਕਿਆਂ ਦੇ ਵਿੱਚ ਲੋਕ ਠੀਕ ਹੈ ਕਨਫੀਡੋਰ ਨਾਲ ਵੀ ਸਾਰਦੇ ਨੇ ਤੇ ਕਈਆਂ ਦੇਖਿਆ ਵੀ ਚੈਸ ਤੋਂ ਥੱਲੇ ਨਹੀਂ ਉਤਰਦੇ ਪੈਕਸਾ ਲਾਉਣ ਤੋਂ ਥੱਲੇ ਨਹੀਂ ਉਤਰਦੇ ਇਹ ਇਲਾਕੇ-ਇਲਾਕੇ ਵਾਈਜ਼ ਹੁੰਦਾ ਸੋ ਮੇਰੇ ਇਲਾਕੇ ਮੇਰਾ ਹੈਗਾ ਸੰਗਰੂਰ ਤੇ ਇੱਥੇ ਹੁਣ ਦਾ ਜਿਹੜਾ ਮੌਸਮਾ ਥੋੜਾ ਜਿਹਾ ਮੀਂਹ ਵਾਲਾ ਹੋਇਆ ਪਿਆ ਚਲ ਦੇਖਦੇ ਆਂ ਬਾਈ ਆਪਾਂ ਵੀ ਹੁਣ ਜਦੋਂ ਤੁਸਾਨੂੰ ਸਪਰੇਅ ਕਰਾਂਗੇ ਹੁਣ ਅਗਲੇ ਬਲੌਗ ਦੇ ਵਿੱਚ ਸਾਇਦ ਆਪਾਂ ਸਪਰੇਅ ਕਰੀਏ ਸਾਨੂੰ ਵੀ ਦਿਖਾਵਾਂਗੇ ਕਿਹੜੀ ਸਪਰੇਅ ਕਰਦੇ ਆਂ ਪਿਛਲੇ ਸਾਲ ਵੀਰੇ ਮੈਂ ਉਸੇ ਨਾਲ ਆ ਸਾਲ ਸਾਲਟ ਕੀਤਾ ਸੀ ਡਾਈਫਰੂਟ ਡਾਈਨੋਟਿਫੁਰਾਨ 20 ਐਸਜੀ ਤੇ ਇਸ ਵਾਰ ਮੈਂ ਕਰਨਾ ਪਾਇਓ ਮੈਟ੍ਰਜਨ ਜਿਹੜਾ ਕਿ 50% ਡਬਲਯੂ ਜੀ ਆਂਦਾ ਕਿਉਂਕਿ ਵੀਰੇ ਹਰ ਸਾਲ ਜਿਹੜਾ ਟੈਕਨੀਕਲ ਆਪਾਂ ਨੂੰ ਬਦਲ ਕੇ ਕਰਨਾ ਚਾਹੀਦਾ ਜੇ ਹਰ ਸਾਲ ਆਪਾਂ ਚੈਸ ਕਰਦੇ ਰਹਾਂਗੇ ਤਾਂ ਜਿਹੜੀ ਫਸਲ ਆ ਉਹ ਆਪਣੀ ਆਦੀ ਹੋ ਜਾਣਾ ਜਿਹੜਾ ਬਾਹਣ ਜਾਂ ਫਸਲ ਆ ਉਹ ਆਪਣੀ ਜਿਹੜੀ ਆ ਸਾਲਟ ਦੀ ਆਦੀ ਹੋ ਜਾਂਦੀ ਆ ਤਾਂ ਹੀ ਉਹ ਅਸਰ ਨਹੀਂ ਕਰਦੀ ਪਿਛਲੇ ਸਾਲ ਤੁਸੀਂ ਆਪ ਹੀ ਦੇਖਿਆ ਹੋ ਰਿਜ਼ਲਟ ਯਾਰ ਚੈਸ ਨੇ ਬਹੁਤ ਘੱਟ ਰਿਜ਼ਲਟ ਦਿੱਤਾ ਠੀਕ ਹੈ ਉਸੀਨ ਨੇ ਪਿਛਲੇ ਸਾਲ ਜਿਆਦਾ ਰਿਜ਼ਲਟ ਦਿੱਤਾ ਤਾਂ ਇਸ ਲਈ ਮੈਂ ਕਹਿਣਾ ਹੁੰਨਾ ਵੀ ਹਰ ਸਾਲ ਟੈਕਨੀਕਲ ਬਦਲ ਕੇ ਕਰੋ ਚਾਹੇ ਉਹ ਫੰਗੀ ਸਾਈਡ ਆ ਚਾਹੇ ਉਹ ਇਨਸੈਕਟੀਸਾਈਡ ਆ ਚਾਹੇ ਉਹ ਕੋਈ ਹੁੰਡੀ ਵਾਲੀ ਆ ਜਾਂ ਕਾਸ਼ੇ ਵਾਲੀ ਵੀ ਆ ਠੀਕ ਹੈ ਹਰ ਸਾਲ ਟੈਕਨੀਕਲ ਬਦਲੋ ਜਿਵੇਂ ਕਿ ਇਸ ਸਾਲ ਤੁਸੀਂ ਚੈਸ ਕਰ ਲਈ ਤਾਂ ਅਗਲੇ ਸਾਲ ਉਸੀਨ ਕਰ ਲਓ ਫਿਰ ਉਦੋਂ ਅਗਲੇ ਸਾਲ ਫੇਰ ਚੈਸ ਵਾਲਾ ਸਾਲਟ ਕਰ ਲਓ ਸੋ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਅਤੇ ਘੰਟੀ ਵਾਲਾ ਬਟਨ ਜਰੂਰ ਦਬਾ ਦੇ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਵੀ ਰਹੇ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਜੁੜੇ ਨੇ ਚੈਨਲ ਨਾਲ ਠੀਕ ਹੈ ਉਹ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਜੋ ਤੁਹਾਡੇ ਤੱਕ ਨਵੀਂ ਤੋਂ ਨਵੀਂ ਜਾਣਕਾਰੀ ਪਹੁੰਚਦੀ ਰਹੇ ਸੋ ਮਿਲਦੇ ਆਂ ਅਗਲੀ ਵੀਡੀਓ ਵਿੱਚ